ਬਟਾਲਾ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਲਈ ਹੁਣ ਬਟਾਲਾ ਟ੍ਰੈਫਿਕ ਪੁਲਿਸ ਚੰਡੀਗੜ੍ਹ ਤੋਂ ਟ੍ਰੈਫਿਕ ਮਾਹਿਰਾਂ ਦੀ ਸਲਾਹ ਲੈ ਰਹੀ ਹੈ। ਚੰਡੀਗੜ੍ਹ ਤੋਂ ਪਹੁੰਚੀ ਟ੍ਰੈਫਿਕ ਸਲਾਹਕਾਰ ਪੰਜਾਬ ਸਰਕਾਰ ਦੀ ਟੀਮ ਨੇ ਡਰੋਨ ਦੀ ਮਦਦ ਨਾਲ ਸ਼ਹਿਰ ਦੇ ਹਰ ਚੌਂਕ ਅਤੇ ਸੜਕ ਦਾ ਜਾਇਜ਼ਾ ਲਿਆ। ਇਸ ਤਰੀਕੇ ਦੇ ਨਾਲ ਉਹਨਾਂ ਨੇ ਬਟਾਲਾ ਟ੍ਰੈਫਿਕ ਪੁਲਿਸ ਨੂੰ ਨਕਸ਼ੇ ਬਣਾ ਕੇ ਦਿੱਤੇ, ਜਿਸ ਨਾਲ ਪੁਲਿਸ ਟ੍ਰੈਫਿਕ ਸਮੱਸਿਆ ਦਾ ਹੱਲ ਲੱਭ ਸਕੇਗੀ। DSP ਟ੍ਰੈਫਿਕ ਰਜੇਸ਼ ਕੱਕੜ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਆਈ ਟੀਮ ਨੇ ਡਰੋਨ ਦੇ ਨਾਲ ਪੂਰੇ ਬਟਾਲੇ ਦੀ ਜਾਂਚ ਕੀਤੀ, ਜਿੱਥੇ ਨਾਜਾਇਜ਼ ਕਬਜ਼ੇ ਹਨ ਉਸ ਦਾ ਹੱਲ ਕਰਨ ਦੇ ਲਈ ਕਾਰਪੋਰੇਸ਼ਨ ਤੋਂ ਸਹਿਯੋਗ ਲੈ ਕੇ ਥੋੜੇ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ। ਇਹ ਭਰੋਸਾ ਜਿਹੜਾ ਦਵਾਇਆ ਗਿਆ ਤਾਂ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਟੀਮ ਜਿਹੜੀ ਆ ਪਹੁੰਚੀ, ਚੰਡੀਗੜ੍ਹ ਤੋਂ ਬਟਾਲਾ ਇਹ ਟੀਮ ਪਹੁੰਚੀ ਔਰ ਟੀਮ ਨੇ ਨਕਸ਼ਾ ਬਣਾ ਕੇ ਤਾਂ ਪੂਰੇ ਬਟਾਲਾ ਦਾ ਜਾਇਜ਼ਾ ਜਿਹੜਾ ਡਰੋਨ ਦੀ ਮਦਦ ਦੇ ਨਾਲ ਨਕਸ਼ਾ ਬਣਾਇਆ ਗਿਆ ਔਰ ਜਾਇਜ਼ਾ ਜਿਹੜਾ ਹੈ ਹਰ ਇੱਕ ਚੌਂਕ ਦਾ ਲਿਆ ਗਿਆ। ਪੂਰੀ ਸਾਧ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਦੂਜੀ ਮੇਰੀ ਰਿਕੁਐਸਟ ਹੈ, ਅਪੀਲ ਹੈ ਕਿ ਸਾਧ ਸੰਗਤ ਖੁੰਮਮ ਆ ਕੇ ਇਹ ਗੁਰਪੁਰਬ ਇਹ ਜੇ ਆਪਣਾ ਵਿਆਹਪੁਰਬ ਵਿੱਚ ਆਪਣਾ ਵੇਖਣ ਆਵੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਅਤੇ ਇੱਕ ਆਮ ਪ੍ਰੋਬਲਮ ਜਿਹੜੀ ਦੇਖੀ ਆਉਂਦੀ ਹੈ ਬਟਾਲਾ ਸ਼ਹਿਰ ਦੀ ਟ੍ਰੈਫਿਕ ਦੀ, ਉਸ ਨੂੰ ਅੱਜ ਅਸੀਂ ਲੈ ਕੇ ਜਿਹੜੇ ਇਹ ਸੜਕਾਂ 'ਤੇ ਜਾਂ ਜਿਹੜੇ ਚੌਂਕ ਨੇ ਉਹਨਾਂ ਬਾਰੇ ਜਿਹੜੇ ਟ੍ਰੈਫਿਕ ਦੇ ਐਕਸਪਰਟ ਨੇ, ਪੰਜਾਬ ਗੌਰਮੈਂਟ ਦੇ ਟ੍ਰੈਫਿਕ ਐਡਵਾਈਜ਼ਰ ਨੇ, ਉਹਨਾਂ ਨੂੰ SSP ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਬਟਾਲੇ ਬੁਲਾਇਆ। ਅਤੇ ਉਹ SSP ਦੀ ਦਿਸ਼ਾ ਵਾਸਤੇ ਅਸੀਂ ਅੱਜ ਰੋਡ ਟੂ ਰੋਡ ਜਾਂ ਜਿਹੜੇ ਰਸ਼ ਵਾਲੇ ਏਰੀਏ ਨੇ ਉਹਨਾਂ ਜਾ ਰਹੇ ਹਾਂ। ਉਹ ਆਪਣੇ ਜਿਹੜੇ ਉਹਨਾਂ ਦਾ ਇੰਸਟਰੂਮੈਂਟ ਹੈ ਡਰੋਨ ਦੇ ਰਾਹੀਂ ਉਹ ਸਾਰੇ ਜਿਹੜੇ ਸਾਡੇ ਸੜਕਾਂ ਚੌਂਕ ਉਹਦਾ ਐਨਾਲਿਸਿਸ ਕਰ ਰਹੇ ਨੇ, ਉਹਦਾ ਉਹ ਨਿਰੀਖਣ ਕਰ ਰਹੇ ਨੇ ਅਤੇ ਉਹਨਾਂ ਆਪਣੀ ਐਕਸਪਰਟੀ ਰੱਖ ਦੇਣਗੇ ਉਹਦੇ ਬਾਬਤ। ਉਹ ਸਾਨੂੰ ਉਹਦੇ ਬਾਬਤ ਉਹਦੇ ਰਿਕੁਐਸਟ ਉਹਦੇ ਮੁਤਾਬਕ ਅਸੀਂ ਆਪਣੇ SSP ਸਾਹਿਬ ਥਰੂ ਉਹਨਾਂ ਨੂੰ ਲਿਖ ਕੇ ਭੇਜਾਂਗੇ, ਉਹਨਾਂ ਨੂੰ ਰਿਕੁਐਸਟ ਕਰਾਂਗੇ ਸੰਬੰਧਿਤ ਡਿਪਾਰਟਮੈਂਟ ਨੂੰ ਤਾਂ ਕਿ ਚੌਂਕ ਖੁੱਲ੍ਹੇ ਹੋਣ, ਉਹ ਆਪਣੇ ਉਹਦੇ ਮੁਤਾਬਕ ਟ੍ਰੈਫਿਕ ਮੁਤਾਬਕ ਉਹ ਚੌਂਕ ਹਰੇ ਤਿਆਰ ਹੋਣ ਅਤੇ ਆਉਣ ਵਾਲੀ ਜੇ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇ। ਬਟਾਲਾ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਲਈ ਹੁਣ ਬਟਾਲਾ ਟ੍ਰੈਫਿਕ ਪੁਲਿਸ ਚੰਡੀਗੜ੍ਹ ਤੋਂ ਟ੍ਰੈਫਿਕ ਮਾਹਿਰਾਂ ਦੀ ਸਲਾਹ ਲੈ ਰਹੀ ਹੈ। ਚੰਡੀਗੜ੍ਹ ਤੋਂ ਪਹੁੰਚੀ ਟ੍ਰੈਫਿਕ ਸਲਾਹਕਾਰ ਪੰਜਾਬ ਸਰਕਾਰ ਦੀ ਟੀਮ ਨੇ ਡਰੋਨ ਦੀ ਮਦਦ ਨਾਲ ਸ਼ਹਿਰ ਦੇ ਹਰ ਚੌਂਕ ਅਤੇ ਸੜਕ ਦਾ ਜਾਇਜ਼ਾ ਲਿਆ। ਇਸ ਤਰੀਕੇ ਦੇ ਨਾਲ ਉਹਨਾਂ ਨੇ ਬਟਾਲਾ ਟ੍ਰੈਫਿਕ ਪੁਲਿਸ ਨੂੰ ਨਕਸ਼ੇ ਬਣਾ ਕੇ ਦਿੱਤੇ, ਜਿਸ ਨਾਲ ਪੁਲਿਸ ਟ੍ਰੈਫਿਕ ਸਮੱਸਿਆ ਦਾ ਹੱਲ ਲੱਭ ਸਕੇਗੀ। DSP ਟ੍ਰੈਫਿਕ ਰਜੇਸ਼ ਕੱਕੜ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਆਈ ਟੀਮ ਨੇ ਡਰੋਨ ਦੇ ਨਾਲ ਪੂਰੇ ਬਟਾਲੇ ਦੀ ਜਾਂਚ ਕੀਤੀ, ਜਿੱਥੇ ਨਾਜਾਇਜ਼ ਕਬਜ਼ੇ ਹਨ ਉਸ ਦਾ ਹੱਲ ਕਰਨ ਦੇ ਲਈ ਕਾਰਪੋਰੇਸ਼ਨ ਤੋਂ ਸਹਿਯੋਗ ਲੈ ਕੇ ਥੋੜੇ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ। ਇਹ ਭਰੋਸਾ ਜਿਹੜਾ ਦਵਾਇਆ ਗਿਆ ਤਾਂ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਟੀਮ ਜਿਹੜੀ ਆ ਪਹੁੰਚੀ, ਚੰਡੀਗੜ੍ਹ ਤੋਂ ਬਟਾਲਾ ਇਹ ਟੀਮ ਪਹੁੰਚੀ ਔਰ ਟੀਮ ਨੇ ਨਕਸ਼ਾ ਬਣਾ ਕੇ ਤਾਂ ਪੂਰੇ ਬਟਾਲਾ ਦਾ ਜਾਇਜ਼ਾ ਜਿਹੜਾ ਡਰੋਨ ਦੀ ਮਦਦ ਦੇ ਨਾਲ ਨਕਸ਼ਾ ਬਣਾਇਆ ਗਿਆ ਔਰ ਜਾਇਜ਼ਾ ਜਿਹੜਾ ਹੈ ਹਰ ਇੱਕ ਚੌਂਕ ਦਾ ਲਿਆ ਗਿਆ। ਪੂਰੀ ਸਾਧ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਦੂਜੀ ਮੇਰੀ ਰਿਕੁਐਸਟ ਹੈ, ਅਪੀਲ ਹੈ ਕਿ ਸਾਧ ਸੰਗਤ ਖੁੰਮਮ ਆ ਕੇ ਇਹ ਗੁਰਪੁਰਬ ਇਹ ਜੇ ਆਪਣਾ ਵਿਆਹਪੁਰਬ ਵਿੱਚ ਆਪਣਾ ਵੇਖਣ ਆਵੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਅਤੇ ਇੱਕ ਆਮ ਪ੍ਰੋਬਲਮ ਜਿਹੜੀ ਦੇਖੀ ਆਉਂਦੀ ਹੈ ਬਟਾਲਾ ਸ਼ਹਿਰ ਦੀ ਟ੍ਰੈਫਿਕ ਦੀ, ਉਸ ਨੂੰ ਅੱਜ ਅਸੀਂ ਲੈ ਕੇ ਜਿਹੜੇ ਇਹ ਸੜਕਾਂ 'ਤੇ ਜਾਂ ਜਿਹੜੇ ਚੌਂਕ ਨੇ ਉਹਨਾਂ ਬਾਰੇ ਜਿਹੜੇ ਟ੍ਰੈਫਿਕ ਦੇ ਐਕਸਪਰਟ ਨੇ, ਪੰਜਾਬ ਗੌਰਮੈਂਟ ਦੇ ਟ੍ਰੈਫਿਕ ਐਡਵਾਈਜ਼ਰ ਨੇ,
ਉਹਨਾਂ ਨੂੰ SSP ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਬਟਾਲੇ ਬੁਲਾਇਆ ਅਤੇ ਉਹ SSP ਦੇ ਦਿਸ਼ਾ ਨਿਰਦੇਸ਼ 'ਤੇ ਅਸੀਂ ਅੱਜ ਰੋਡ ਟੂ ਰੋਡ ਜਾਂ ਜਿਹੜੇ ਰਸ਼ ਵਾਲੇ ਏਰੀਏ ਨੇ ਉਹਨਾਂ ਜਾ ਰਹੇ ਹਾਂ। ਉਹ ਆਪਣੇ ਜਿਹੜੇ ਉਹਨਾਂ ਦਾ ਇੰਸਟਰੂਮੈਂਟ ਹੈ ਡਰੋਨ ਦੇ ਰਾਹੀਂ ਉਹ ਸਾਰੇ ਜਿਹੜੇ ਸਾਡੇ ਸੜਕਾਂ ਚੌਂਕ ਉਹਦਾ ਐਨਾਲਿਸਿਸ ਕਰ ਰਹੇ ਨੇ, ਉਹਦਾ ਉਹ ਨਿਰੀਖਣ ਕਰ ਰਹੇ ਨੇ ਅਤੇ ਉਹਨਾਂ ਆਪਣੀ ਐਕਸਪਰਟੀ ਰੱਖ ਦੇਣਗੇ ਉਹਦੇ ਬਾਬਤ। ਉਹ ਸਾਨੂੰ ਉਹਦੇ ਬਾਬਤ ਉਹਦੇ ਰਿਕੁਐਸਟ ਉਹਦੇ ਮੁਤਾਬਕ ਅਸੀਂ ਆਪਣੇ SSP ਸਾਹਿਬ ਥਰੂ ਉਹਨਾਂ ਨੂੰ ਲਿਖੇ ਭੇਜਾਂਗੇ, ਉਹਨਾਂ ਨੂੰ ਰਿਕੁਐਸਟ ਕਰਾਂਗੇ ਸੰਬੰਧਿਤ ਡਿਪਾਰਟਮੈਂਟ ਨੂੰ ਤਾਂ ਕਿ ਚੌਂਕ ਖੁੱਲ੍ਹੇ ਹੋਣ, ਉਹ ਆਪਣੇ ਉਹਦੇ ਮੁਤਾਬਕ ਟ੍ਰੈਫਿਕ ਮੁਤਾਬਕ ਉਹ ਚੌਂਕ ਹਰੇ ਤਿਆਰ ਹੋਣ ਅਤੇ ਆਉਣ ਵਾਲੀ ਜੇ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇ।